ਮੋਹਨ ਤੂੰ ਆਪਣੀ ਮੰਮੀ ਨੂੰ ਕੁੱਟਦਾ ਯਾਰ। ਚਾਰ ਭੈਣਾਂ ਦਾ ਭਰਾ ਇਕੱਲਾ, ਆਹ ਤਾਂ ਯਾਰ ਬਹੁਤ ਵੱਡਾ ਪਾਪ ਆ ਯਾਰ ਬਾਈ। ਤੇਰੇ ਨੇ ਮਾਰੇ ਹੋਏ ਸਾਰੇ, ਨਹੀਂ ਬੋਲਣ ਦੇ ਨਾ ਇਹ ਗਲਤ ਕਰ। ਪਤਾ ਕਿੱਥੇ ਕਰਦੇ ਮੇਰੀ ਆਈਡੀ ਆ ਲੈਂਸ ਨਹੀਂ ਉਹਨੂੰ ਖੜਕਾਉਂਦੇ, ਫਿਰ ਮੈਂ ਇਹਨਾਂ ਨੂੰ ਕਹਿਣਾ ਵੀ ਮੈਨੂੰ ਗਲਤ ਕਹਿੰਦੇ। ਹੁਣ ਇਹਨਾਂ ਨੂੰ ਸਾਰਾ ਦਿਨ ਕਿੱਦਾਂ ਪਤਾ ਲੱਗਦਾ ਵਾ, ਮਤਲਬ ਆਪਾਂ ਸਾਹਮਣੇ ਕਰਦੇ ਆ। ਹੁਣ ਮੇਰੇ ਵੀ ਲੈਂਸ ਲੱਗਾ, ਆਈਡੀ ਆ ਲੱਗੀ ਹੋਈ, ਮੈਨੂੰ ਇੱਦਾਂ ਲੱਗਦਾ ਮਹਿਸੂਸ ਵੀ ਸਾਰੀ ਚੀਜ਼ ਪਹਿਲਾਂ ਵੀ ਪਤਾ ਲੱਗਦੀ ਆ। ਭਾਈ ਜੀ ਇਹਨਾਂ ਲਾਈਟਾਂ ਦੀਆਂ ਸਾਰੀਆਂ ਤਾਰਾਂ ਵੱਢਦੀਆਂ ਘਰੇ, ਮੇਰੀ ਮੰਮੀ ਨੂੰ ਪਰਸੋਂ ਕਰੰਟ ਵੀ ਪਿਆ। ਆਪਣੇ ਆਪ ਚੱਲੀ ਜਾਂਦਾ। ਅੱਛਾ ਹੁਣ ਤੈਨੂੰ ਤੇਰਾ ਲੈਂਸ ਦੱਸਦਾ, ਮੇਰਾ ਡਾਟਾ ਆ ਰਿਹਾ ਉੱਪਰ ਵੀ ਮੈਂ ਕੌਣ, ਮੇਰਾ ਨਾਮ ਆ ਰਿਹਾ। ਪਰੇਸ਼ਾਨੀ ਕਰਦਾ, ਮੇਰਾ ਨੱਕ ਸਾਹ ਦਿੱਤਾ ਪੈਂਦਾ ਬਹੁਤ। ਅਸੀਂ ਮਾਂ ਪੁੱਤ ਹੀ ਲੜਕੀਆਂ ਮੇਰੀਆਂ ਮੇਰੇ ਘਰ ਆ ਸਾਰੀਆਂ ਆਪਣੇ ਆਪਣੇ ਘਰੇ। ਮੋਹਨ ਯਾਰ ਬਹੁਤ ਵੱਡਾ ਪਾਪ ਆ ਯਾਰ ਬਾਈ। ਮੈਂ ਪਤਾ ਕੀ ਮੈਂ ਨੀਚੇ ਹੁੰਦਾ ਨਾ ਪਿਆ, ਕਿਸੇ ਵੇਲੇ ਮੰਮੀ ਹੁਣੀ ਉੱਪਰ ਨਾ ਖੜਕਾ ਕਰਦੇ ਆ, ਤੇ ਨਿਆਣੇ ਤਾਂ ਨਾਲ ਦੇ ਸਕੂਲੇ ਜਾਂਦੇ, ਮੈਂ ਮੰਮੀ ਹੁਣੀ ਕਰਦੇ ਆ, ਤੇ ਕਿਸੇ ਵੇਲੇ ਏਦਾਂ ਲੱਗਾ ਵੀ ਮੰਮੀ ਉਹਨਾਂ ਨੂੰ ਪੁੱਛਿਆ, ਮੰਮੀ ਹੁਣੀ ਹਟਦੇ ਵੀ ਨੀ ਹੈਗੇ। ਮੈਨੂੰ ਕੀ ਪਤਾ ਹੁਣ ਕੀ ਮੈਂ ਮਾੜਾ ਇਹਨਾਂ ਦਾ ਕਰਦਾ ਵਾ, ਤਾਂ ਕਰਕੇ ਮੈਂ ਕਹਿ ਦਿੰਦਾ ਵਾ। ਹੋਰ ਤਾਂ ਕੋਈ ਗੱਲ ਨੀ, ਥੋੜੇ ਦਿਨ ਹੋਏ 10 ਦਿਨ ਹੋਏ ਸਿਰ ਪਾੜਦਾ ਸੀ ਮੇਰਾ ਕੰਧ 'ਚ ਮਾਰ ਕੇ। ਕੱਪੜਿਆਂ ਨੂੰ ਠੀਕ ਆ ਲਗਾਇਆ ਸੀ, ਕਿਸੇ ਦੁਕਾਨ ਤੇ ਵੀ ਲਗਾਇਆ ਸੀ, ਪਤਾ ਨੀ ਕੀ ਹੋ ਗਿਆ ਬਸ ਇਹਨੂੰ। ਇਹ ਡੈਡੀ ਮੇਰੇ ਪਾਪਾ ਪੂਰੇ ਹੋਣ ਤੋਂ ਨਾ ਬਾਅਦ 'ਚ ਹੋ ਗਿਆ ਏਦਾਂ ਦਾ। ਇਹ ਕਿੰਨੇ ਕੁ ਸਾਲ ਹੋ ਗਏ? 8 ਸਾਲ। 8 ਸਾਲ ਹੋ ਗਏ, 8 ਸਾਲ ਹੋ ਗਏ ਇਹਨੂੰ ਏਦਾਂ ਦਾ ਕੰਮ ਕੀਤਾ ਹੀ ਨਹੀਂ ਮੁੜ ਕੇ ਚੰਗੀ ਤਰ੍ਹਾਂ ਇਹਨੇ। ਇਹਦੀਆਂ ਤਿੰਨ ਭੈਣਾਂ ਵਾ? ਚਾਰ ਭੈਣਾਂ। ਸਾਡੇ ਵਰਗੇ ਭਰਾ ਮੇਰੀ ਮੈਨੂੰ ਮਦਦ ਕਰਦੇ ਆ, ਰੋਟੀ ਪਾਣੀ ਖਾ ਲਈ। ਮੈਂ ਬੇਟਾ 60-70 ਸਾਲ ਦੀ ਉਮਰ, ਮੈਂ ਕੰਮ ਕਰਨ ਜੋਗੀ, ਮੈਨੂੰ ਕਹੂਗਾ ਕੰਮ ਤੇ ਜਾ। ਸਾਡੀ ਮਾਂ ਨੂੰ ਮੋਹਨ, ਹੁਣ ਜਿਵੇਂ ਤੇਰੀ ਗਲੀ ਚੋਂ ਜਾ ਕੇ ਪਿੰਡ ਉੱਥੇ ਪੁੱਛਿਆ ਮਹੱਲੇ ਚੋਂ, ਜੇ ਉਹਨਾਂ ਨੇ ਕਿਹਾ ਵੀ ਹਾਂ ਇਹ ਮੰਮੀ ਨੂੰ ਕੁੱਟਦਾ ਵਾ ਫੇਰ? ਹਾਂਜੀ ਫੇਰ ਭਾਜੀ ਹੁਣ ਇਹ ਜਿੱਦਾਂ ਹੁਣ ਸਾਫ਼ ਝੂਠ ਬੋਲਦੇ ਸਾਰਾ ਸਾਰਾ ਦਿਨ, ਤਾਂ ਇੱਕ ਪਹਿਲੀ ਗੱਲ ਆਪਣੇ ਘਰੇ ਰਹਿੰਦੇ, ਹੁਣ ਦੇਖੋ ਵਿੱਚ ਥੋੜੀ ਬੋਲਣ ਦੇ ਨਹੀਂ ਦੇਈ ਦਾ ਨਾ, ਨਹੀਂ ਬੋਲ ਸਕਦੇ, ਨਹੀਂ ਬੋਲਣ ਦੇਈ ਦਾ ਨਾ। ਇਹ ਗਲਤ ਕਰ, ਪਤਾ ਕਿੱਥੇ ਕਰਦੇ ਮੇਰੀ ਆਈਡੀ ਆ ਲੈਂਸ ਨੀ, ਉਹਨੂੰ ਖੜਕਾਉਂਦੇ, ਫਿਰ ਮੈਂ ਇਹਨਾਂ ਨੂੰ ਕਹਿਣਾ ਫਿਰ ਮੈਨੂੰ ਗਲਤ ਕਹਿੰਦੇ। ਹੁਣ ਇਹਨਾਂ ਨੂੰ ਸਾਰਾ ਦਿਨ ਕਿੱਦਾਂ ਪਤਾ ਲੱਗਦਾ ਵਾ ਵੀ ਮੈਂ ਇਹਨਾਂ ਨਾਲ ਗਲਤ ਘਰੇ ਵਿਹਾਰ ਕਰਦਾ? ਸਾਰਾ ਦਿਨ ਤਾਂ ਮੈਂ ਪਹਿਲਾਂ ਰਹਿਣਾ ਕੰਮ ਤੇ ਆ, ਤੇ ਨਹੀਂ ਹੁੰਦਾ ਮੈਂ ਆਪਣੇ ਘਰੇ ਰਹਿਣਾ, ਅਵਾਰਾਗਰਦੀ ਭਾਜੀ ਮੈਂ ਕਰਦਾ। ਠੀਕ ਹੈ।
ਨਾਸਤਾ ਪਾਣੀ ਕੁਛ ਤੇ ਝੂਠ ਭਾਜੀ ਮੇਰੇ ਤੋਂ ਹੈ ਨਹੀਂ ਜਿਹੜੀ ਗੱਲ ਉਹ ਆਪਾਂ ਸਾਹਮਣੇ ਕਰਦੇ ਆ। ਹੁਣ ਮੇਰੇ ਵੀ ਲੈਂਸ ਲੱਗਾ ਆਈਡੀ ਆ ਲੱਗੀ ਹੋਈ, ਮੈਨੂੰ ਇਦਾਂ ਲੱਗਦਾ ਮਹਿਸੂਸ ਵੀ ਸਾਰੀ ਚੀਜ਼ ਪਹਿਲਾਂ ਵੀ ਪਤਾ ਲੱਗਦੀ ਆ ਭਾਈ ਜੀ। ਇਹਨਾਂ ਲੈਟਾਂ ਦੀਆਂ ਸਾਰੀਆਂ ਤਾਰਾਂ ਵੱਢਤੀਆਂ ਘਰੇ, ਮੇਰੀ ਮੰਮੀ ਨੂੰ ਪਰਸੋਂ ਕਰੰਟ ਵੀ ਪਿਆ ਭਾਜੀ। ਕੋਈ ਚੀਜ਼ ਆਪਣੀ ਖਰਾਬ ਕਰਦਾ ਇਹ ਝੂਠ ਬੋਲਦੇ ਆ। ਸਪਾਰਿੰਗ ਹੋ ਰਹੀ ਸੀ ਚੀਜ਼, ਮੈਨੂੰ ਲੱਗਦਾ ਵੀ ਮੇਰੀ ਚੀਜ਼ 'ਚ ਕੋਈ ਤਾਰਾਂ ਜੁੜ ਰਹੀਆਂ, ਫਿਰ ਉਹ ਇੱਕ ਤਾਰ ਦੋ ਤਾਰਾਂ ਨਾ ਫਾਲਤੂ ਆਉਂਦੀਆਂ ਸੀ, ਫਿਰ ਮੈਂ ਉਹ ਭਾਜੀ ਕੱਢੀਆਂ। ਅਸੀਂ ਆਪਣੇ ਛੋਟੇ ਛੋਟੇ ਬੱਚੇ ਛੱਡ ਕੇ ਆਪਣੀ ਮਾਂ ਕਰਕੇ ਆਏ ਵੀ ਚਲੋ ਅਸੀਂ ਕਹਿੰਦੇ ਸਾਡਾ ਭਰਾ ਠੀਕ ਹੋ ਜਾਵੇ ਕਿ ਇਹਦੀ ਜ਼ਿੰਦਗੀ ਬਣ ਜਾਵੇ, ਤੇਰਾ ਚੰਗਾ ਹੀ ਚਾਹੁੰਦੀ ਆ। ਅਸੀਂ ਇਹਦਾ ਮਾੜਾ ਸੋਚ ਕੇ ਪਰ ਮੈਂ ਭਾਈ ਜਿੰਨੀਆਂ ਗੱਲਾਂ ਕਰਦੇ ਉਹਨਾਂ ਦਾ ਮੈਂ ਹੈ ਵੀ ਨਹੀਂ ਹੈਗਾ ਘਰ ਦੇ ਵਿੱਚ ਵੀ ਜਾ ਕੇ ਤੇ ਵੀ ਆਣ ਗਵਾਂਢ ਚ ਪੁੱਛੋ ਜਾਂ ਉਹਦਾ ਵੀ ਆਈਡੀ ਲੱਗੀ ਦੇਖਦਾ ਹਨਾ ਵੀ। ਮੈਂ ਆਣ ਗਵਾਂਢ ਪੁੱਛਿਆ ਉਹਨਾਂ ਨੂੰ, ਪੁੱਛਿਆ ਵੀ ਇਹਦੀ ਆਈਡੀ ਲੱਗੀ ਆ, ਉਹ ਸਾਰੇ ਕਹਿੰਦੇ ਵੀ ਅਸੀਂ ਤਾਂ ਦੇਖੀ ਨਹੀਂ ਕਦੇ ਆਈਡੀ, ਕਿੱਥੇ ਲੱਗੀ ਆਈਡੀ ਤੇਰੇ? ਲੈਂਸ ਜਿੱਦਾਂ ਮੈਨੂੰ ਲੱਗਦਾ ਵੀ ਲੈਂਸ ਸਾਈਜ਼ ਜਾਂ ਹੁਣ ਮੈਂ ਚੱਲਦਾ ਵਾਂ ਜਾਂ ਮੈਨੂੰ ਨਾਲ ਕੋਈ ਗੱਲ ਕਰਦਾ ਨਾ ਮਹਿਸੂਸ ਲੱਗਦਾ ਉਹ ਆਪਣੇ ਆਪ ਚੱਲੀ ਜਾਂਦਾ। ਅੱਛਾ ਹੁਣ ਤੈਨੂੰ ਤੇਰਾ ਲੈਂਸ ਦੱਸਦਾ, ਮੇਰਾ ਡਾਟਾ ਆ ਰਿਹਾ ਉੱਪਰ ਵੀ ਮੈਂ ਕੌਣ ਆ, ਮੇਰਾ ਨਾਮ ਆ ਰਿਹਾ? ਸਾਹਮਣੇ ਤੁਸੀਂ ਸਾਹਮਣੇ ਬੈਠੇ ਇਦਾਂ ਤਾਂ ਨਹੀਂ, ਤਾਂ ਸਾਹਮਣੇ ਫੋਨ ਦੇ ਸਾਹਮਣੇ ਤੁਹਾਡੀ ਆਵਾਜ਼ ਸਹੀ ਆ ਰਹੀ ਹੈ? ਸਹੀ ਆ ਰਹੀ ਹੈ। ਤੂੰ ਮੂਣ ਕੀ ਕਰਨਾ ਚਾਹੁੰਦਾ, ਵੱਡਾ ਹੋ ਕੇ ਕੀ ਬਣਨਾ ਚਾਹੁੰਦਾ? 30 ਸਾਲ ਤੋਂ ਹੋ ਗਿਆ ਬਰਦਰ, ਕੰਮ ਕੱਪੜੇ ਦੀ ਦੁਕਾਨ ਤੇ ਆਪਣੀ ਦੁਕਾਨ ਖਿਲਾ ਦੀ ਬਿਜਲੀ ਦੀ, ਫਿਰ ਤੂੰ ਕਰ ਲੇਗਾ ਕੰਮ ਕਰਨਾ ਆਉਂਦਾ ਤੈਨੂੰ? ਬਿਜਲੀ ਦਾ ਬਿਜਲੀ ਦਾ ਕੀ ਜਿੱਦਾਂ ਹੁਣ ਆਪਣਾ ਪੱਖੇ ਦਾ ਕਨੈਕਸ਼ਨ, ਟੂਬ ਦਾ, ਲਾਈਟ ਦਾ, ਆਪਣਾ ਗੈਸ ਪੈਡ ਤੇ ਹੋਰ ਜਿਹੜੇ ਪ੍ਰੋਡਕਟ ਸਾਰਾ ਕਰ ਲੇਗਾ। ਹਾਂਜੀ ਭਾਜੀ ਕਰਦਾ ਵੀ ਮੈਂ ਦੁਕਾਨਾਂ ਤੇ ਪਾਈਆਂ ਵੀ ਤਾਰਾ ਭਾਜੀ। ਚੱਲ ਠੀਕ, ਹੁਣ ਤੇਰੀ ਜੌਬ ਪੱਕੀ ਹੈ ਫਿਰ, ਠੀਕ ਆ? ਇਹ ਮਾਂ ਦੇ ਮੂੰਹ ਨੂੰ ਕਰ ਰਿਹਾ ਮੈਂ ਜੌਬ, ਦੇ ਰਿਹਾ ਭੈਣਾਂ ਦੇ ਮੂੰਹ ਨੂੰ, ਠੀਕ ਆ ਜੀ? ਆਪਾਂ ਇਹਨਾਂ ਨੇ ਵੱਡੇ ਹੋ ਕੇ ਸੁੱਖ ਦੇਣਾ, ਆਪਾਂ ਕਿਹੜਾ ਕਿਸੇ ਨੂੰ ਦੇਣਾ ਨਾ। ਖਾ ਪ੍ਰਸ਼ਾਦ ਫਿਰ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ, ਮਿਹਰ ਕਰਿਓ ਮੇਰੇ ਮੂੰਹ ਵੀਰ ਤੇ, ਤੰਦਰੁਸਤੀ ਬਖਸ਼ਿਓ ਮੇਰੇ ਵੀਰੇ ਨੂੰ। ਮਾਂ ਤੂੰ ਫਿਕਰ ਹੀ ਨਾ ਕਰ, ਮੋਹਨ ਵੀਰੇ ਨੇ ਕਿਤੇ ਜਾਣਾ ਕਿਤੇ ਭੱਜਣਾ, ਇਹਨੇ ਕਿਤੇ ਇੱਥੇ ਹੀ ਤੇਰੇ ਕੋਲ। ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਕਵਾਲ ਤੋਂ ਆਏ ਨੇ ਬਾਬਾ ਕਲੋਨੀ ਤੋਂ, ਮੋਹਨ ਸਿੰਘ ਨੂੰ ਲੈ ਕੇ ਮਾਂ, ਉਹਦੀਆਂ ਦੋ ਭੈਣਾਂ, ਪੰਜ ਭੈਣਾਂ ਦਾ ਭਰਾ, ਚਾਰ ਭੈਣਾਂ ਦਾ ਭਰਾ ਇਕੱਲਾ। ਭੈਣਾਂ ਆਪੋ ਆਪਣੇ ਘਰ ਹੀ ਆ, ਜਿੰਨੇ ਕੁ ਜੋਗੀਆਂ ਹੈਗੀਆਂ ਉਹ ਕਰਦੀਆਂ ਆਉਂਦੀਆਂ। ਮਾਂ ਦਾ ਤਾਂ ਦੁੱਖ ਹੁੰਦਾ ਹੀ ਆ, ਬਾਪ ਹੈ ਨਹੀਂ ਇਸ ਦੁਨੀਆਂ ਤੋਂ ਚਲਾ ਗਿਆ। ਅਤੇ ਬਾਕੀ ਰਿਸ਼ਤੇਦਾਰ ਜਾਂ ਹੋਰ ਸਾਰੇ ਇਸ ਤਰ੍ਹਾਂ ਦੇ ਹਾਲਾਤਾਂ 'ਚ ਨਹੀਂ ਖੜਦਾ ਕੋਈ ਸਾਥ ਦਿੰਦਾ। ਸਾਡੇ ਸਮਾਜ ਦੇ ਵਿੱਚ ਮੈਂ ਹਮੇਸ਼ਾ ਹਰ ਗੱਲ 'ਚ ਹਰੇਕ ਬੰਦੇ ਨੂੰ ਆਪਾਂ ਇਹੀ ਕਹਿੰਦੇ ਹਾਂ ਵੀ ਆਂਢ ਗੁਆਂਢ ਦੇ ਲੋਕ ਆ ਜਿਹੜੇ ਸਮਾਜਿਕ ਲੋਕ ਨੇ ਸਾਡੇ, ਜਿਹੜਾ ਕੋਈ ਕੌਂਸਲਰ ਦੀਆਂ ਵੋਟਾਂ 'ਚ ਖੜਦਾ, ਕੋਈ MC ਦੀਆਂ 'ਚ ਖੜਦਾ, ਕੋਈ ਪ੍ਰਧਾਨ ਆ, ਤੁਹਾਡਾ ਪਹਿਲਾ ਫਰਜ਼ ਬਣਦਾ ਇਹ, ਫਿਰ ਹੀ ਤੁਸੀਂ ਕਿਸੇ ਦੀ ਪ੍ਰਧਾਨਗੀ ਜਾਂ ਕੋਈ ਲੀਡਰ ਬਣਨ ਦੇ ਕਾਬਲ ਹੋ। ਜੇ ਤੁਸੀਂ ਆਪਣੇ ਮੁਹੱਲੇ ਦੇ ਵਿੱਚ ਕਿਸੇ ਦੇ ਧੀ ਪੁੱਤ ਦੀ ਮਦਦ ਨਹੀਂ ਕਰ ਸਕਦੇ, ਫਿਰ ਕਾਹਦੀ ਲੀਡਰੀ ਹੈ ਤੁਹਾਡੀ ਬਾਈ? ਇਸ ਤਰ੍ਹਾਂ ਦੇ ਲੋਕ ਤੁਹਾਡੇ ਆਸ ਪਾਸ ਹੀ ਰਹਿੰਦੇ ਨੇ, ਤੁਹਾਡੇ ਮੁਹੱਲਿਆਂ 'ਚ, ਤੁਹਾਡੇ ਪਿੰਡਾਂ 'ਚ, ਤੁਹਾਡੇ ਗਲੀ ਗੁਆਂਢ, ਤੁਹਾਡੀਆਂ ਰਿਸ਼ਤੇਦਾਰੀਆਂ 'ਚ। ਫੜਿਆ ਕਰੋ ਯਾਰ ਬਾਂਹ, ਕਰਿਆ ਕਰੋ ਯਾਰ ਬਾਈ ਮਦਦ। ਅੱਜ ਮੋਹਨ ਇੰਨੇ ਸਾਲਾਂ ਤੋਂ ਇੱਦਾਂ ਦੀ ਜ਼ਿੰਦਗੀ ਬਤੀਤ ਕਰ ਰਿਹਾ, ਅੱਜ ਪਹੁੰਚੀ ਮਾਂ ਲੈ ਕੇ, ਜਦੋਂ ਉਹ ਵੀ ਜਮਾਂ ਹੀ ਪਾਣੀ ਸਿਰ ਤੋਂ ਵਗ ਗਿਆ, ਸਰੀਰ 'ਤੇ ਨੀਲ ਪਏ ਆ, ਦਿਖਾ ਵੀ ਨਹੀਂ ਸਕਦੀ ਮਾਂ। ਪਰ ਇਹ ਚੀਜ਼ ਪਹਿਲਾਂ ਵੀ ਹੋ ਸਕਦੀ ਸੀ ਕੋਈ, ਜੇ ਇਹਨਾਂ ਨੂੰ ਜਾਗਰੂਕ ਕਰਦਾ, ਜੇ ਇਹਨਾਂ ਦੀ ਕੋਈ ਬਾਂਹ ਫੜਦਾ, ਸਾਥ ਦਿੰਦਾ।
ਇਸ ਕਰਕੇ ਆਪਣੇ ਆਸ ਪਾਸ ਖਿਆਲ ਰੱਖੋ, ਜੇ ਕੋਈ ਇਸ ਤਰ੍ਹਾਂ ਦਾ ਇਨਸਾਨ ਹੈ ਜਿੱਦਾਂ ਘਰੇ ਕੁੱਟਮਾਰ ਕਰਦਾ ਮਾਂ ਨਾਲ ਲੜਦਾ, ਉਹਨੂੰ ਸਾਡੇ ਇੱਥੇ ਕੈਂਪ ਲੱਗਦੇ ਆ ਹਰ 15 ਦਿਨਾਂ ਬਾਅਦ ਸੁਪਨਿਆਂ ਦੇ ਘਰ ਵਿੱਚ ਦਵਾਈਆਂ ਦੇ ਲੰਗਰ ਲੱਗਦੇ ਆ। ਆਹ ਨੰਬਰ ਆ ਜਿਹੜਾ ਸਾਡਾ, ਇਹਦੇ 'ਤੇ ਤੁਸੀਂ ਕਾਲ ਕਰਨੀ ਆ 0161 52 0071। ਟੋਕਨ ਲੈਣਾ, ਰਜਿਸਟ੍ਰੇਸ਼ਨ ਕਰਾਉਣੀ ਹੈ ਪਹਿਲਾਂ ਸਮੱਸਿਆ ਦੱਸ ਕੇ, ਤਾਂ ਕੈਂਪ 'ਚ ਲੈ ਆਉਣਾ ਵਾ। ਇੱਥੇ ਜੇ ਰੱਖ ਕੇ ਦਵਾਈ ਦੇਣ ਦੀ ਲੋੜ ਹੋਊਗੀ ਤਾਂ ਇੱਥੇ ਰੱਖਾਂਗੇ ਮਹੀਨਾ 20 ਦਿਨ 15 ਦਿਨ। ਜੇ ਠੀਕ ਹੋਣ ਵਾਲੀ ਗੱਲ ਹੋਊ ਤਾਂ ਦਵਾਈ ਦੇ ਕੇ ਭੇਜਾਂਗੇ, ਕੋਈ ਖਰਚਾ ਨਹੀਂ ਆਉਣਾ। ਬਸ ਤੁਸੀਂ ਇੱਕ ਉਪਰਾਲਾ ਕਰ ਦਿਉ, ਆਪਣੇ ਆਸ ਪਾਸ ਜੇ ਕੋਈ ਇੱਦਾਂ ਦਾ ਹੈ ਵੀਰ ਭਰਾ, ਉਹਦੀ ਬਾਂਹ ਜ਼ਰੂਰ ਫੜੋ। ਕੋਈ ਨਾ, ਵਾਹਿਗੁਰੂ ਕਿਰਪਾ ਕਰਨਗੇ, ਬਿਲਕੁਲ ਠੀਕ ਹੋਣਾ ਤੇਰੇ ਪੁੱਤ ਨੇ। ਠੀਕ ਆ, ਹੁਣ ਤੂੰ ਇੱਥੇ ਰਹਿਣਾ, ਇਹਨੇ ਵੀ ਇੱਥੇ ਰਹਿਣਾ, ਤੇ ਆਪਾਂ 10-12 ਦਿਨ 15 ਦਿਨ ਦੇਖਦੇ ਆ, ਫਿਕਰ ਨੀ ਕਰਨਾ ਮੋੜ ਨੂੰ, ਹੈਨਾ ਭਾਜੀ। ਉਦਾਂ ਹੁਣ ਇੰਨੇ ਦਿਨ ਮੈਂ ਲਾਊਂਗਾ, ਫਿਰ ਮੇਰਾ ਜਿੰਨਾ ਕੰਮ ਆ ਮੈਂ ਰੁਟੀਨ ਨਾਲ ਚੱਲਣ ਵਾਲਾ, ਜਾਂ ਮੈਨੂੰ ਨਹੀਂ ਮਿਲਦਾ ਮੈਂ ਘਰੇ ਰਹਿਣਾ, ਉਦਾਂ ਵਾਰਾ ਗਰਦੀ ਨਹੀਂ ਕਰਨੀ, ਬਿਲਕੁਲ ਨਹੀਂ ਕਰਨੀ ਵਾਰਾ ਗਰਦੀ। ਇੱਥੇ ਕੰਮ ਕਰਨਾ ਤੈਨੂੰ, ਉਹਨੇ ਤਨਖਾਹ ਦਿੱਤੀ ਜਾਊਗੀ, ਹੱਥ ਮੜਾ। ਠੀਕ ਆ, ਕੰਮ ਨਹੀਂ ਕਰਦਾ, ਕੋਈ ਗੱਲ ਹੀ ਨਹੀਂ, ਮੈਂ ਸਭ ਕਰੂੰਗਾ। ਵਾਹਿਗੁਰੂ ਜੀ ਕਾ ਖਾਲਸਾ।